ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਲਾਪਰਵਾਹੀ ਕਾਰਨ ਖਪਤਕਾਰਾਂ ਦੀ ਰਾਤਾਂ ਦੀ ਨੀਂਦ ਉੱਡ ਗਈ ਹੈ। ਦਰਅਸਲ ਵਿਭਾਗ ਵੱਲੋਂ ਇਸ ਵਾਰ ਲੋਕਾਂ ਨੂੰ ਜੋ ਬਿੱਲ ਜਾਰੀ ਕੀਤੇ ਗਏ ਨੇ ਉਹ ਲੱਖਾਂ ਦੇ ਵਿੱਚ ਆਏ ਨੇ। ਹਾਲਾਂਕਿ ਵਿਭਾਗ ਆਪਣੀ ਗਲਤੀ ਮੰਨ ਰਿਹਾ ਹੈ, ਪਰ ਆਮ ਲੋਕਾਂ ਨੂੰ ਮਾਨਸਿਕ ਪੀੜਾ ਝੱਲਣੀ ਪੈ ਰਹੀ ਹੈ। ਪੇਸ਼ ਹੈ ਖਾਸ ਰਿਪੋਰਟ। ਮਹਿੰਗਾਈ ਦੇ ਦੌਰ ਵਿੱਚ ਜਿੱਥੇ ਆਮ ਆਦਮੀ ਦਾ ਗੁਜ਼ਾਰਾ ਕਰਨਾ ਔਖਾ ਹੋਇਆ ਪਿਆ, ਉੱਥੇ ਹੀ ਵਿਭਾਗੀ ਲਾਪਰਵਾਹੀ ਕਾਰਨ ਲੋਕ ਦੰਦਾਂ ਥੱਲੇ ਉਂਗਲਾਂ ਦਬਾਉਣ ਨੂੰ ਮਜਬੂਰ ਹੋ ਜਾਂਦੇ ਨੇ। ਅਜਿਹਾ ਹੀ ਕੁਝ ਹੋਇਆ ਮੰਡੀ ਗੋਬਿੰਦਗੜ੍ਹ ਵਿੱਚ, ਜਿੱਥੇ ਲੋਕਾਂ ਦੇ ਬਿਜਲੀ ਦੇ ਆਏ ਬਿੱਲਾਂ ਨੇ ਉਹਨਾਂ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ ਹੈ। ਸ਼ਾਂਤੀਨਗਰ 'ਚ ਰਹਿੰਦੇ ਐਡਵੋਕੇਟ ਚਮਨਪ੍ਰੀਤ ਸਿੰਘ ਦੀ ਸ਼ਾਂਤੀ ਉਸ ਵੇਲੇ ਭੰਗ ਹੋ ਗਈ ਜਦੋਂ ਇਹਨਾਂ ਦਾ ਬਿਜਲੀ ਦਾ ਬਿੱਲ ਸੋਧ ਕਰਨ ਤੋਂ ਬਾਅਦ ਵੀ 6,22,000 ਤੋਂ ਵੱਧ ਆ ਗਿਆ। ਇਸੇ ਤਰ੍ਹਾਂ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜੱਸਾ ਸਿੰਘ ਆਲੂਵਾਲੀਆ ਦਾ ਬਿੱਲ ਵੀ 7,00,000 ਟੱਪ ਗਿਆ। ਇਸ ਬਾਰੇ ਐਕਸੀਐਨ ਅਮਨਦੀਪ ਸਿੰਘ ਨੇ ਤਾਂ ਮਾਮਲੇ ਤੋਂ ਅਣਜਾਣ ਹੋਣ ਦੀ ਗੱਲ ਕਹਿ ਕੇ ਆਪਣਾ ਪੱਲਾ ਹੀ ਝਾੜ ਲਿਆ। ਜਿਹੜੇ ਬਿਜਲੀ ਦੇ ਬਿੱਲ ਏ ਉਹ ਬਹੁਤ ਜ਼ਿਆਦਾ ਅਮਾਊਂਟ ਦੇ ਆਏ ਨੇ। ਜਿਵੇਂ ਕਿ ਆਹ ਮੈਨੂੰ ਬਿੱਲ ਆਇਆ ਇੱਕ, ਇਹ 7,93,322 ਰੁਪਈਏ ਦਾ ਬਿੱਲ ਆਇਆ। ਤੁਸੀਂ ਮੇਰੇ ਕੋਲ ਪਹਿਲਾਂ ਹੀ ਹੋਣਾ, ਪਹਿਲੀ ਵਾਰ ਨੋਟਿਸ 'ਚ ਲੈ ਕੇ ਆਏ ਹੋ ਇੱਕ ਬਿੱਲ ਜਿਹੜਾ ਲੈ ਕੇ ਆਏ ਹੋ, ਅਤੇ ਮੈਂ SDO ਕਮਰਸ਼ੀਅਲ ਨੂੰ ਕਹਿਤਾ ਚੈੱਕ ਕਰ ਲੈਂਦੇ ਨੇ ਕੀ ਚੱਕਰ। ਉੱਧਰ ਲੁਧਿਆਣਾ 'ਚ ਵੀ ਅਜਿਹਾ ਹੀ ਹਾਲ ਦੇਖਣ ਨੂੰ ਮਿਲਿਆ, ਜਿੱਥੇ ਜਿਨ੍ਹਾਂ ਲੋਕਾਂ ਦੇ ਔਸਤ ਬਿੱਲ ਹਜ਼ਾਰਾਂ ਵਿੱਚ ਆਉਂਦੇ ਸਨ ਉਹ ਲੱਖਾਂ ਵਿੱਚ ਆਏ। ਪਰ ਪਾਵਰਕੌਮ ਲੁਧਿਆਣਾ ਦੇ ਡਿਪਟੀ ਚੀਫ ਇੰਜੀਨੀਅਰ ਅਪਡੇਟ ਕੀਤੇ ਗਏ ਸੌਫਟਵੇਅਰ 'ਚ ਕਮੀ ਕਾਰਨ ਇਹ ਲਾਪਰਵਾਹੀ ਕਬੂਲੀ। ਉਹਨਾਂ ਭਰੋਸਾ ਦਿੱਤਾ ਕਿ ਲੋਕਾਂ ਦੇ ਬਿੱਲ ਜਲਦ ਸੋਧ ਦਿੱਤੇ ਜਾਣਗੇ। ਸ਼ਹਿਰਾਂ ਦੇ ਵਿੱਚ ਤਾਂ ਸਿਸਟਮ ਜਿਹੜਾ ਸੈਪ ਸਿਸਟਮ ਲਾਗੂ ਕੀਤਾ, ਇਹਦੇ ਕਰਕੇ ਥੋੜ੍ਹੀ ਪ੍ਰੋਬਲਮ ਆਈ ਸਾਨੂੰ, ਅਤੇ ਵਨ ਟਾਈਮ ਇਹ ਜ਼ਰੂਰ ਪ੍ਰੋਬਲਮ ਆਈ ਆ ਕਿ ਬਿੱਲ ਜ਼ਿਆਦਾ ਦਿਨਾਂ ਦੇ ਬਣ ਗਏ ਆ, ਥੋੜ੍ਹਾ ਜਿਹਾ ਲੋਕਾਂ ਨੂੰ ਹੋਏਗੀ ਪਰੇਸ਼ਾਨੀ, ਲੇਕਿਨ ਉਸ ਤੋਂ ਬਾਅਦ ਜਿਹੜਾ ਬੜਾ ਕੰਮ ਸਮੂਥ ਚੱਲੇਗਾ। ਇਹ ਨਵੇਂ ਸਿਸਟਮ ਦੇ ਸਾਨੂੰ ਬਹੁਤ ਫਾਇਦੇ ਆ। ਉਮੀਦ ਹੈ ਕਿ ਪਾਵਰਕੌਮ ਆਪਣੀ ਇਹ ਗਲਤੀ ਜਲਦ ਸੁਧਾਰ, ਲੋਕਾਂ ਨੂੰ ਹੁੰਦੀ ਖੱਜਲ ਖੁਆਰੀ ਤੋਂ ਰਾਹਤ ਦੇਵੇਗਾ, ਕਿਉਂਕਿ ਪਾਵਰਕੌਮ ਦੇ ਦਫ਼ਤਰਾਂ ਦੇ ਬਾਹਰ ਲੋਕਾਂ ਦੀ ਲੱਗੀ ਲੰਬੀ ਭੀੜ ਉਹਨਾਂ ਲਈ ਪਰੇਸ਼ਾਨੀ ਦਾ ਸਬੱਬ ਬਣ ਰਹੀ ਹੈ। ਲੁਧਿਆਣਾ ਤੋਂ ਪੰਕਜ ਮਿਸ਼ਰਾ ਅਤੇ ਮੰਡੀ ਗੋਬਿੰਦਗੜ੍ਹ ਤੋਂ ਬਲਜਿੰਦਰ ਸਿੰਘ ਦੀ ਰਿਪੋਰਟ।